ਜੋ ਜੀਵਦਿਆਂ ਜੀ ਮੁਕਤ ਨਹੀਂ ਹੋਇਆ, ਮਰ ਕੇ ਕੋਈ ਮੁਕਤ ਨਹੀਂ ਹੋਇਆ। ਮਰ ਕੇ ਲੋਕੀ ਮਰਦੇ ਨੇ, ਫਿਰ ਅਗਲੇ ਜਨਮ ਦੇ ਚ ਪੈਂਦੇ ਨੇ, ਮੁਕਤ ਨਹੀਂ ਹੁੰਦੇ। ਜੋ ਜੀਵਦਿਆਂ ਜੀ ਮੁਕਤ ਹੈ ਉਹੀ ਮੁਕਤ ਹੈ। ਬੈਣੀ ਕਹੇ ਸੁਨੋਰੇ ਸੰਤੋ, ਮਰਨ ਮੁਕਤ ਕਿਨ ਪਾਈ। ਮਰ ਕੇ ਕਿਸ ਨੂੰ ਮੁਕਤੀ ਮਿਲਦੀ ਹੈ? ਕਿਸੇ ਨੂੰ ਵੀ ਨਹੀਂ। ਕਹਿਤ ਕਬੀਰ, ਜੋ ਹਰ ਧਿਆਵੇ ਜੀਵਤ ਬੰਧਨ ਤੋਰੇ। ਜੋ ਆਪਣਾ ਧਿਆਨ ਹਰੀ ਨਾਮ ਦੇ ਚ ਜੋੜ ਲੈਂਦਾ, ਜੀਵਦਿਆਂ ਜੀ ਬੰਧਨ ਤੋੜ ਦਿੰਦਾ, ਮੁਕਤ ਹੋ ਜਾਂਦਾ। ਬੰਧਨ ਤੋਰੇ ਹੋਵੇ ਮੁਕਤ, ਉਹ ਮੁਕਤ ਹੋ ਜਾਂਦਾ। ਧੁਨ ਧੁਨੀ ਨਾਲ ਟਕਰਾਈ, ਧੁਨੀ ਪੂਰੀ ਖੁੱਲ ਗਈ, ਨਾਫ ਪੂਰੀ ਖੁੱਲ ਗਈ। ਨਾਫ ਖੁੱਲਦੀ ਏ ਦੋ ਹਾਲਤਾਂ ਚ, ਇੱਕ ਜਦ ਆਖਰੀ ਪ੍ਰਾਣ ਨਿਕਲਦਾ, ਇਹ ਪੂਰੀ ਖੁੱਲ ਜਾਂਦੀ ਹੈ, ਫਿਰ ਬੰਦ ਨਹੀਂ ਹੁੰਦੀ, ਸਰੀਰ ਦੀ ਮੌਤ ਹੋ ਜਾਂਦੀ ਹੈ। ਦੂਜੀ ਇਹ ਖੁੱਲਦੀ ਹੈ ਜਦ ਧੁਨ ਧੁਨੀ ਨਾਲ ਟਕਰਾਉਂਦੀ ਹੈ, ਉਦੋਂ ਖੁੱਲਦੀ ਹੈ। ਤਨ ਦੀ ਮੌਤ ਤੇ ਨਹੀਂ ਆਉਂਦੀ, ਮਨ ਦੀ ਮੌਤ ਹੋ ਜਾਂਦੀ ਹੈ। ਮਨ ਮਰੇ ਦਾਤ ਮਰ ਜਾਏ, ਬਿਨ ਮਨ ਮੂਏ ਕੈਸੇ ਹਰ ਪਾਏ। ਤਨ ਤੇ ਅਜੇ ਮਿੱਟੀ ਦੇ ਚ ਮਿੱਟੀ ਨਹੀਂ ਹੋਇਆ, ਮਨ ਜੋਤ ਦੇ ਚ ਜੋਤ ਹੋ ਗਿਆ, ਜੀਵਨ ਮੁਕਤ। ਤਨ ਤੇ ਅਜੇ ਖਾਕ ਦੇ ਚ ਖਾਕ ਨਹੀਂ ਹੋਇਆ, ਮਨ ਨੂਰ ਦੇ ਚ ਨੂਰ ਹੋ ਗਿਆ। ਤਨ ਤੇ ਅਜੇ ਸ਼ਮਸ਼ਾਨ ਘਾਟ ਨਹੀਂ ਪਹੁੰਚਿਆ, ਮਨ ਭਗਵਾਨ ਦੇ ਘਾਟ ਪਹੁੰਚ ਗਿਆ। ਤਨ ਤੇ ਅਜੇ ਕਬਰ ਤੱਕ ਨਹੀਂ ਪਹੁੰਚਿਆ, ਮਨ ਖੁਦਾ ਤੱਕ ਪਹੁੰਚ ਗਿਆ। ਐਸੇ ਪੁਰਸ਼ ਨੂੰ ਕਹਿੰਦੇ ਨੇ ਜੀਵਨ ਮੁਕਤ। ਐਸੇ ਮਨੁੱਖ ਤਨ ਤੋਂ ਨਿਰਲੇ ਪਾਉਂਦਾ ਹੈ। ਬੰਦ ਬੰਦ ਘਟੇ ਜਾ ਰਹੇ ਨੇ, ਮਨੇ ਸਿੰਘ ਦੇ ਮੁਸਕਰਾ ਰਹੇ ਨੇ, ਹੱਸ ਰਹੇ ਨੇ, ਨਿਰਲੇਪ। ਤਨ ਤੋਂ ਨਿਰਲੇਪ ਕੋਈ ਗਹਿਰਾ ਸੰਬੰਧ ਨਹੀਂ। ਉਹ ਤੇ ਜਿਤਨੇ ਹੁਣ ਸਵਾਸ ਨੇ ਭੋਗਣੇ ਪੈਣੇ ਨੇ, ਪਰ ਨਿਰਲੇਪ। ਇਹ 2 ਸਾਲ ਪਹਿਲੇ ਇੱਕ ਬ੍ਰਹਮ ਗਿਆਨੀ ਆਤਮਾ ਸਮਾ ਗਏ, ਬੜੀ ਗੂੜੀ ਮੇਰੀ ਉਹਨਾਂ ਨਾਲ ਮਿੱਤਰਤਾ ਸੀ। ਬਾਬਾ ਦਰਸ਼ਨ ਸਿੰਘ ਗੰਨੂਪੁਰ ਕਾਲੇ, ਅੰਮ੍ਰਿਤਸਰ ਤੋਂ 6-7 ਮੀਲ ਦੀ ਦੂਰੀ ਤੇ ਇੱਕ ਛੋਟਾ ਜਿਹਾ ਪਿੰਡ, ਬਿਲਕੁਲ ਗੁਮਨਾਮ ਜਿਹਾ ਰਹਿੰਦੇ ਸਨ। ਤਬੀਅਤ ਉਹਨਾਂ ਦੀ ਖਰਾਬ ਹੋਈ ਤੇ ਮੈਂ ਉਚੇਚਾ ਬਿਮਾਰ ਪੁਰਸੀ ਲਈ ਉੱਥੇ ਪਹੁੰਚਿਆ। ਉਹਨਾਂ ਦੀ ਹਾਲਤ ਦੇਖ ਕੇ ਫਿਰ ਸੁਭਾਵਕ ਮੈਂ ਕਹਿ ਦਿੱਤਾ, ਮੈਂ ਕਿਹਾ ਬਾਬਾ ਜੀ ਤੁਹਾਨੂੰ ਬੜੀ ਤਕਲੀਫ ਆਉਂਦੀ ਹੋਵੇਗੀ। ਇੱਕ ਸੱਜਣ ਉਹਨਾਂ ਦਾ ਮੱਥਾ ਦਬਾ ਰਿਹਾ ਸੀ, ਇੱਕ ਪੈਰ ਤੇ ਕੁਝ ਪੀੜਾ ਵੀ ਸੀ। ਡਾਕਟਰ ਬੈਠੇ ਹੋਏ ਸਨ। ਮੈਂ ਸੁਭਾਵਕ ਕਿਹਾ, ਮੈਂ ਕਿ ਬਹੁਤ ਤਕਲੀਫ ਹੋਵੇਗੀ ਬਾਬਾ ਜੀ। ਹੱਸ ਕੇ ਕਹਿਣ ਲੱਗੇ, ਮਸਕੀਨ ਕਿਹੜੇ ਚੱਕਰਾਂ 'ਚ ਪਿਆ, ਭੋਜਨ ਅਸੀਂ ਛਕ ਲਿਆ, ਇਹ ਝੂਠੀ ਥਾਲੀ ਕੋਈ ਚੁੱਕਦਾ ਤੇ ਚੁੱਕ ਲਵੇ, ਇਹਦੇ ਨਾਲ ਕੋਈ ਮਤਲਬ ਨਹੀਂ। ਅਸੀਂ ਆਪਣੇ ਘਰ ਪਹੁੰਚ ਗਏ, ਇਸ ਘੋੜੇ ਦੀ ਲੋੜ ਨਹੀਂ, ਇਸ ਸਰੀਰ ਦੀ ਲੋੜ ਨਹੀਂ। ਮੇਰੇ ਨਾਲ ਬੜੀਆਂ ਖੁੱਲੀਆਂ ਗੱਲਾਂ ਕਰ ਲੈਂਦੇ ਸਨ। ਅੰਮ੍ਰਿਤਸਰ ਦੇ 'ਚ ਇਹ ਗੱਲ ਮਸ਼ਹੂਰ ਹੈ, ਕਿਉਂਕਿ ਆਉਂਦੇ ਕਦੀ ਕਦੀ ਸਨ। ਜਿਨ੍ਹਾਂ ਦਿਨਾਂ 'ਚ ਦਾਸ ਕਥਾ ਕਰਦਾ, ਗੁਰੂ ਰਾਮਦਾਸ ਜੀ ਦੇ ਗੁਰਪੁਰਬ ਤੋਂ ਲੈ ਕੇ ਦੀਵਾਲੀ ਤੱਕ ਕੋਈ 45 ਸਾਲ ਹੋ ਗਏ ਨੇ ਮੈਨੂੰ, ਮੈਂ ਇਹਨਾਂ ਦਿਨਾਂ 'ਚ ਹਾਜ਼ਰੀ ਉੱਥੇ ਭਰਦਾ ਹੁੰਦਾ। ਅੱਧ ਕੀ ਇਹ 35 ਦਿਨ ਹੋਵੇਗੀ, ਕਿਉਂ ਨਾਨਕ ਸ਼ਾਹੀ ਕੈਲੰਡਰ ਦੇ ਮੁਤਾਬਕ ਗੁਰਪੁਰਬ ਅਤੇ ਦੀਵਾਲੀ ਦੇ 35 ਦਿਨ ਦੀ ਵਿੱਥ ਪੈ ਗਈ ਹੈ। ਪਹਿਲੇ 15-16 ਦਿਨਾਂ ਦੀ ਆਉਂਦੀ ਸੀ, 10-15-16 ਦਿਨ ਹਾਜ਼ਰੀ ਭਰਦਾ ਹੁੰਦਾ ਸੀ। ਕੀਤੇ ਹੋਏ ਪ੍ਰਣ ਦੇ ਮੁਤਾਬਕ ਅੱਧ ਕੀ ਮੈਂ 35 ਦਿਨ ਹੋਵਾਂਗਾ। ਬਾਬਾ ਜੀ ਰੋਜ਼ ਕਥਾ ਸੁਣਨ ਆਉਂਦੇ ਸਨ।
ਸੰਨ 83 ਦੀ ਗੱਲ ਹੈ, ਕਥਾ ਕਰਕੇ ਮੈਂ ਹਟਿਆ। ਨਾਲ ਦੇ ਸਾਥੀਆਂ ਨੇ ਆਸਾ ਦੀਵਾਰ ਦਾ ਕੀਰਤਨ ਕੀਤਾ ਸੀ। ਬਾਅਦ ਦੇ ਵਿੱਚ ਨੌਜਵਾਨ ਬੱਚੇ ਜੋ ਉਸ ਵਕਤ ਤਹਿਰੀਕ ਚੱਲ ਰਹੀ ਸੀ ਉੱਥੇ ਹੀ ਲੜ ਪਏ, ਇੱਕ ਦੂਜੇ ਦੀਆਂ ਪੱਗਾਂ ਲਾਉਣ ਲੱਗ ਪਏ, ਗਾਲੀ ਗਲੋਚ ਵੀ। ਮੈਂ ਕਥਾ ਦੀ ਭਾਵੇਂ ਸਮਾਪਤੀ ਕਰ ਦਿੱਤੀ ਸੀ, ਹੋ ਗਈ ਸੀ, ਉਸ ਤੋਂ ਬਾਅਦ ਉਹ ਆਪਸ ਲੜਨ ਲੱਗ ਪਏ ਅਤੇ ਮੂੰਹ ਮੇਰੇ ਨਿਕਲ ਗਿਆ। ਮੈਂ ਕਿਹਾ ਹੱਦ ਹੋ ਗਈ, 2.5 ਘੰਟੇ ਆਸਾ ਦੀਵਾਰ ਦਾ ਕੀਰਤਨ ਹੋਇਆ, 1.5 ਘੰਟਾ ਕਥਾ ਹੋਈ ਹੈ, ਅੰਜਾਮ ਇਹ, ਇੱਕ ਦੂਜੇ ਦੇ ਨਾਲ ਗੁੱਥਮ ਗੁੱਥਾ। ਅਤੇ ਬਾਬਾ ਦਰਸ਼ਨ ਸਿੰਘ ਕਹਿਣ ਲੱਗੇ, ਅਤੇ ਕੁਛ ਨਹੀਂ, ਜੋ ਮੈਨੂੰ ਦਿਖਾਈ ਦਿੰਦਾ ਪਿਆ ਇੱਥੇ ਖੂਨ ਦੀਆਂ ਨਦੀਆਂ ਚੱਲਣਗੀਆਂ। ਮੈਂ ਕਿਹਾ ਬਾਬਾ ਜੀ ਇਹ ਕੀ ਆਖਦੇ? ਕਹਿੰਦੇ ਦਿਖਾਈ ਦੇ ਰਿਹਾ, ਮੈਂ ਕੀ ਕਰਾਂ। ਉਹ 84 'ਚ ਮੈਂ ਦੇਖਿਆ ਉੱਥੇ ਜੋ ਕੁਛ ਹੋਇਆ। ਸਰੋਵਰ ਤੱਕ ਦਾ ਪਾਣੀ ਵੀ ਖੂਨ ਨਾਲ ਲਾਲ ਹੋ ਗਿਆ ਸੀ, ਲਾਲ ਰੰਗ ਦਾ ਹੋ ਗਿਆ ਸੀ। ਇਹ ਮੈਂ ਇੱਕ ਨਿੱਕੀ ਜਿਹੀ ਗੱਲ ਤੁਹਾਨੂੰ ਦੱਸਣਾ, ਐਸੇ ਮਨੁੱਖ ਦੀ ਦਿਵ ਦ੍ਰਿਸ਼ਟੀ ਬਹੁਤ ਦੂਰ ਤੱਕ ਦੇਖ ਲੈਂਦੀ ਹੈ, ਬਹੁਤ ਪਿੱਛੇ ਦੇਖ ਲੈਂਦੀ ਹੈ। ਮੈਨੂੰ ਕਹਿਣ ਲੱਗੇ, ਤੇਰੇ ਨਾਲ ਮੇਰਾ ਪਿਛਲੇ ਜਨਮ ਦਾ ਸੰਬੰਧ ਹੈ, ਬੜੀਆਂ ਗੱਲਾਂ ਕਰਦੇ ਸਨ, ਪਿਆਰ ਬੜਾ ਸੀ, ਅਸੀਸ ਬੜੀ ਦਿੰਦੇ ਸਨ। ਮੈਂ ਸੁਭਾਵਕ ਪੁੱਛਣ ਗਿਆ, ਮੈਂ ਕਿਹਾ ਬਾਬਾ ਜੀ ਤਕਲੀਫ ਹੋਵੇਗੀ? ਕਹਿਣ ਲੱਗੇ ਭੋਜਨ ਅਸੀਂ ਛਕ ਲਏ, ਝੂਠੀ ਥਾਲੀ ਕੋਈ ਚੁੱਕਦਾ ਤੇ ਚੁੱਕ ਲਵੇ, ਇਹਦੇ ਨਾਲ ਕੋਈ ਮਤਲਬ ਨਹੀਂ। ਐਸੇ ਪੁਰਸ਼ ਨੂੰ ਕਹਿੰਦੇ ਜੀਵਨ ਮੁਕਤ, ਰਹਿੰਦੇ ਇਸ ਤਨ ਦੇ ਚ ਨੇ, ਤਨ ਤੋਂ ਨਿਰਲੇ। ਭਾਈ ਮਨੀ ਸਿੰਘ ਐਸੇ ਹੀ ਸਨ, ਭਾਈ ਮਤੀ ਦਾਸ ਐਸੇ ਹੀ ਸਨ, ਭਾਈ ਤਾਰੂ ਜੀ ਐਸੇ ਹੀ ਸਨ। ਇਸਲਾਮੀ ਦੁਨੀਆ 'ਚ ਵੀ ਇੱਕ ਹੋਇਆ ਹੈ ਬੜਾ ਗਜ਼ਬ ਦਾ, ਇਸੇ ਤਰ੍ਹਾਂ ਦਾ ਪੁਰਸ਼, ਮਨਸੂਰ। ਜ਼ੁਨੈਦ ਦਾ ਚੇਲਾ ਸੀ, ਬਸ 5-7 ਮਿੰਟ ਮੈਂ ਲੈਣਾ ਤੁਹਾਡੇ। ਜ਼ੁਨੈਦ ਦਾ ਚੇਲਾ ਸੀ, ਜ਼ੁਨੈਦ ਨੇ ਇਸ ਨੂੰ ਧਿਆਨ ਸਾਧਨਾ ਦੱਸੀ ਸੀ, ਜਪ ਕਰਿਆ ਕਰ, ਅੱਲਾਹੂ ਦਾ ਜਪ ਕਰਦਾ ਸੀ। ਇੱਕ ਦਿਨ ਉਹਦੇ ਜ਼ਬਾਨ 'ਚੋਂ ਉੱਚੀ ਹੂਕ ਨਿਕਲੀ, ਅਨਲ ਹੱਕ, ਅਨਲ ਹੱਕ, ਅਨਲ ਹੱਕ। ਕਿਧਰੇ ਧੁਨ ਧੋਨੀ ਨਾਲ ਟਕਰਾ ਗਈ, ਨਾਪ ਖੁੱਲ ਗਈ। ਰੱਬੁਲ ਮਜੀਦ ਹਜ਼ਰਤ ਬਾਬਾ ਨਾਨਕ ਨਿਕਲਿਆ ਮਨਸੂਰ ਦੇ ਕੰਠ ਤੋਂ, ਅਨਲ ਹੱਕ, ਮੈਂ ਹੱਕ ਹੋ ਗਿਆ, ਮੈਂ ਸੱਚ ਹੋ ਗਿਆ। ਜ਼ੁਨੈਦ ਕਹਿੰਦਾ, ਐ ਮੇਰੇ ਬੱਚੇ, ਇਸ ਡੇਰੇ ਤੋਂ ਬਾਹਰ ਤੂੰ ਇਹ ਨਹੀਂ ਕਹਿਣਾ, ਨਹੀਂ ਤੇ ਮੈਂ ਤੈਨੂੰ ਬਚਾ ਨਹੀਂ ਸਕਾਂਗਾ, ਇਹ ਕੁਫਰ ਹੈ, ਨਹੀਂ ਬੋਲਣਾ। ਤਾਂ ਮਨਸੂਰ ਕਹਿਣ ਲੱਗਾ, ਅੱਛਾ ਮੇਰੇ ਮੁਰਸ਼ਦ, ਮੈਂ ਨਹੀਂ ਕਵਾਂਗਾ, ਨਹੀਂ ਕਵਾਂਗਾ। ਪਤਾ ਜ਼ੁਨੈਦ ਨੇ ਕੀ ਆਖਿਆ? ਨਹੀਂ, ਇੰਜ ਨਹੀਂ, ਕੋਈ ਪਤਾ ਨਹੀਂ, ਤੂੰ ਮਸਤ ਫਕੀਰ ਹੈ, ਤੂੰ ਖੁਦਾ ਦੀ ਕਸਮ ਚੁੱਕ ਕਿ ਨਹੀਂ ਕਹੇਗਾ। ਹੁਣ ਜਦ ਮੁਰਸ਼ਦ ਆ ਗਏ ਤੇ ਵਿਚਾਰਾ ਕੀ ਕਰੇ? ਉਹਨੇ ਆਖ ਦਿੱਤਾ, ਕਸਮੇ ਖੁਦਾ ਅਨਲ ਹੱਕ ਨਹੀਂ ਕਵਾਂਗਾ, ਨਹੀਂ ਕਵਾਂਗਾ। ਸ਼ਾਮ ਦੇ ਸਮੇਂ ਕਾਹਰਾ ਦੇ ਸਾਰੇ ਫਕੀਰਾਂ ਨੇ ਬਾਦਸ਼ਾਹ ਦੇ ਘਰ ਜਾਣਾ ਸੀ, ਉਹਨੇ ਸਾਰਿਆਂ ਦਾ ਲੰਗਰ ਆਖਿਆ ਸੀ, ਜਿਹਨੂੰ ਬ੍ਰਹਮ ਬੋਝ ਕਹਿ ਦਿੰਦੇ ਨੇ, ਅਸੀਂ ਲੰਗਰ ਕਹਿ ਦਿੰਦੇ ਹਾਂ। ਉਹਨੇ ਸਾਰੇ ਫਕੀਰਾਂ ਨੂੰ ਦਾਵਤ ਦਿੱਤੀ ਸੀ,
ਜਿਹੜੇ ਚੋਟੀ ਦੇ ਨਾਮਵਰ ਫਕੀਰ ਸਨ ਮਿਸਰ ਵਿੱਚ, ਖਾਸ ਕਰਕੇ ਕਾਰਾ ਵਿੱਚ। ਤਾਂ ਜ਼ੁਨੈਦ ਨੂੰ ਵੀ ਇਹ ਸੱਦਾ ਪੱਤਰ ਆਇਆ ਸੀ ਅਤੇ ਸੱਦੇ ਪੱਤਰ ਵਿੱਚ ਇਹ ਸੀ, ਹਰ ਇੱਕ ਫਕੀਰ ਆਪਣੇ ਨਾਲ ਇੱਕ ਦੋ ਸ਼ਿਸ਼ ਲਿਆ ਸਕਦਾ। ਸ਼ਾਮ ਨੂੰ ਤਿਆਰ ਹੋ ਕੇ ਜਦ ਜ਼ੁਨੈਦ ਚੱਲਣ ਲੱਗੇ ਤਾਂ ਇੱਕਦਮ ਖਿਆਲ ਆਇਆ, ਮਨਸੂਰ ਬੈਠੇ ਚੱਲ ਤੂੰ ਮੇਰੇ ਨਾਲ, ਅਜੇ ਤੂੰ ਰੋਟੀ ਨਹੀਂ ਖਾਧੀ, ਚੱਲ ਮੇਰੇ ਨਾਲ, ਬਾਦਸ਼ਾਹ ਦੇ ਘਰ ਦਾਵਤ ਹੈ, ਉਹਨੇ ਸਾਰੇ ਫਕੀਰਾਂ ਨੂੰ ਬੁਲਾਇਆ, ਚੱਲੀਏ। ਹੁਣ ਮੁਰਸ਼ਦ ਦਾ ਹੁਕਮ ਵਿਚਾਰਾਂ ਨਾਲ ਚੱਲ ਪਿਆ, ਪਹੁੰਚ ਗਏ ਬਾਦਸ਼ਾਹ ਦੇ ਮਹਿਲ, ਜਿਵੇਂ ਇਸਲਾਮੀ ਢੰਗ ਹੁੰਦਾ, ਦਸਤਰਖਾਨ ਵਿਛਾਇਆ ਹੋਇਆ ਸੀ, ਗੋਲ ਦਾਇਰੇ 'ਚ ਫਕੀਰ ਬੈਠੇ ਨੇ ਕੋਈ 50-60 ਦੇ ਕਰੀਬ। ਅੱਗੋਂ ਬਾਂਡੇ ਰੱਖੇ ਜਾ ਰਹੇ ਨੇ, ਵਿਚਕਾਰ ਬਾਦਸ਼ਾਹ ਵੀ ਬੈਠਾ। ਇਤਨੇ ਸਾਰੇ ਅਨੁਭਵੀ ਫਕੀਰ ਹੋਵਨ ਕਿ ਗੱਲਾਂ ਤੇ ਖੁਦਾ ਦੀਆਂ ਚੱਲਣਗੀਆਂ, ਰੱਬ ਦੀਆਂ ਗੱਲਾਂ ਚੱਲ ਪਈਆਂ। ਜਦ ਜ਼ੁਨੈਦ ਦੀ ਵਾਰੀ ਆਈ ਤਾਂ ਜ਼ੁਨੈਦ ਸਿਰਫ ਉੱਪਰੋਂ ਉੱਪਰੋਂ ਗੱਲ ਨਹੀਂ ਕਰਦਾ ਸੀ, ਗਹਿਰਾਈ ਤੋਂ ਜਿਤਨੀ ਗਹਿਰਾਈ ਤੋਂ ਧੁਨ ਨਿਕਲਦੀ ਸੀ ਉਤਨੀ ਗਹਿਰੀ ਉਸਦੀ ਸ਼ਰਧਾ ਸੀ, ਉਤਨਾ ਗਹਿਰਾ ਉਸਦਾ ਵਿਸ਼ਵਾਸ ਸੀ, ਉਤਨੀ ਗਹਿਰੀ ਉਸਦੀ ਅਕੀਦਤ ਸੀ। ਦੋ ਚਾਰ ਲਫ਼ਜ਼ ਹੀ ਅਜੇ ਖੁਦਾ ਬਾਰੇ ਬੋਲਿਆ ਅਤੇ ਮਨਸੂਰ ਦੇ ਕੰਠ ਤੋਂ ਨਿਕਲ ਗਿਆ ਅਨਲ ਹੱਕ, ਅਨਲ ਹੱਕ। ਬਾਦਸ਼ਾਹ ਨੂੰ ਕ੍ਰੋਧ ਆ ਗਿਆ, ਗੁੱਸਾ ਚੜ ਗਿਆ, ਹੈਂ ਇਹ ਕਾਫਰ ਨਾਲ ਰੱਖਿਆ ਤੂੰ, ਇਹ ਕਾਫਰ ਨੂੰ ਇੱਥੇ ਲਿਆਇਆ ਮੇਰੇ ਕੋਲ, ਮੇਰਾ ਸਾਰਾ ਸਵਾਬ ਖਰਾਬ ਕਰ ਦਿੱਤਾ, ਸਵਾਬ ਭਾਵ ਮੈਂ ਪੁੰਨ ਦਾ ਕੰਮ ਕੀਤਾ ਸੀ ਤੂੰ ਸਾਰਾ ਪਾਪ ਦੇ 'ਚ ਬਦਲ ਦਿੱਤਾ, ਮੈਂ ਤਾਂ ਸਾਰੇ ਫਕੀਰਾਂ ਨੂੰ ਦਾਵਤ ਦਿੱਤੀ ਸੀ, ਸਾਰਿਆਂ ਨੂੰ ਬਸਤਰ ਦੇਣੇ ਸਨ, ਧਨ ਦੇਣਾ ਸੀ ਮੈਂ, ਪਰ ਇਸ ਕਾਫਰ ਨੂੰ ਲਿਆ ਕੇ ਤੂੰ ਮੇਰਾ ਸਵਾਬ ਗੁਨਾਹ ਦੇ 'ਚ ਬਦਲ ਦਿੱਤਾ, ਮੇਰੇ ਪੁੰਨ ਨੂੰ ਪਾਪ ਦੇ 'ਚ ਬਦਲ ਦਿੱਤਾ। ਇਸ ਕਾਫਰ ਨੂੰ ਤੂੰ ਹੁਣ ਨਾਲ ਨਹੀਂ ਰੱਖਣਾ, ਇਹਨੂੰ ਅਸੀਂ ਸਜ਼ਾ ਦੇਵਾਂਗੇ। 16 ਦਿਨ ਉਸ 'ਤੇ ਮੁਕੱਦਮਾ ਚੱਲਿਆ, ਕਾਜ਼ੀਆਂ ਨੇ ਫਿਤਵਾ ਲਾਇਆ ਇਹਨੂੰ ਸੂਲੀ 'ਤੇ ਚਾੜ ਕੇ ਮਾਰਿਆ ਜਾਏ, ਔਰ ਸੂਲੀ ਚਾੜਨ ਤੋਂ ਪਹਿਲੇ ਇਸ ਨੂੰ ਪੱਥਰ ਵੀ ਮਾਰੋ। ਕਸੂਰ ਕੀ ਅਨਲ ਹੱਕ, ਅਨਲ ਹੱਕ ਉਹਦੇ ਕੰਠ ਤੋਂ ਨਿਕਲਿਆ, ਇੰਨਾ ਹੀ ਕਸੂਰ। ਸੂਲੀ 'ਤੇ ਚਾੜਨਾ, ਚਰਖੀਆਂ 'ਤੇ ਚਾੜਨਾ, ਜ਼ਿੰਦਾ ਜਲਾਉਣਾ, ਤੱਤੀ ਤਵੀ 'ਤੇ ਬਿਠਾਉਣਾ, ਉਬਲਦੀ ਦੇਗ ਦੇ 'ਚ ਬਿਠਾਉਣਾ, ਇਸ ਤਰ੍ਹਾਂ ਦੀਆਂ ਭਿਅੰਕਰ ਸਜ਼ਾਵਾਂ ਉੱਥੋਂ ਇੱਥੇ ਆਈਆਂ, ਇਹ ਵੀ ਮੈਂ ਅਰਜ਼ ਕਰਦੇ ਹਾਂ। ਵਿਚਾਰੇ ਨੂੰ ਪਕੜ ਲਿਆ ਗਿਆ, 16 ਦਿਨ ਮੁਕੱਦਮਾ ਚੱਲਿਆ, ਕਈਆਂ ਦੀ ਗਵਾਹੀਆਂ ਲਈਆਂ ਗਈਆਂ ਨੇ, ਕਿੱਥੇ ਕਿੱਥੇ ਆਖਿਆ, ਸਾਰਿਆਂ ਨੇ ਦੱਸ ਤੇ ਕਹਿੰਦਾ ਹੀ ਰਹਿੰਦਾ ਅਨਲ ਹੱਕ, ਜਦ ਇਸ ਦੀ ਮੌਜ ਆਉਂਦੀ ਕਹਿ ਦਿੰਦਾ ਅਨਲ ਹੱਕ। ਅੱਜ 16 ਦਿਨ ਸੀ, ਭਰੇ ਮੈਦਾਨ ਵਿੱਚ ਇਹਨੂੰ ਸੂਲੀ 'ਤੇ ਚਾੜਨ ਵਾਸਤੇ ਲੈ ਜਾ ਰਹੇ, ਤਮਾਸ਼ਬੀਨ ਆਏ ਨੇ, ਦੁਨੀਆ ਆਈ ਹੈ, ਕਿਉਂਕਿ ਕਾਫਰ ਸਮਝਦੇ ਨੇ ਤੋਂ ਅੰਦਰ ਗਿਰਨਾ ਹੈ ਲੋਕਾਂ ਦੇ ਗਿਰਨਾ। ਜ਼ੁਨੈਦ ਵੀ ਆਇਆ ਜਿਹੜਾ ਉਸਦਾ ਮੁਰਸ਼ਦ ਸੀ, ਜਿਸਨੇ ਸਭ ਦੱਸਿਆ ਸੀ, ਪਾਲਿਆ ਸੀ, ਪੋਸਿਆ ਸੀ, ਵੱਡਾ ਕੀਤਾ ਸੀ,
ਸਿਰਫ ਸਰੀਰਕ ਤੌਰ 'ਤੇ ਨਹੀਂ ਧਾਰਮਿਕ ਤੌਰ 'ਤੇ ਵੀ ਵੱਡਾ ਕੀਤਾ ਸੀ। ਜਪ ਕਰਦਿਆਂ ਕਰਦਿਆਂ ਉਹ ਅਖੀਰਲੀ ਅਵਸਥਾ 'ਤੇ ਪਹੁੰਚਿਆ ਸੀ, ਜ਼ੁਨੈਦ ਕੋਲ ਪਹੁੰਚਿਆ। ਮਨਸੂਰ ਨੂੰ ਸੰਬੋਧਨ ਕਰਦਿਆਂ ਉਸਨੇ ਬੜੇ ਕੀਮਤੀ ਬੋਲ ਕਹੇ ਨੇ, ਇਹ ਮੇਰੇ ਬੱਚੇ, ਪਾਗਲਾਂ ਦੀ ਭੀੜ ਵਿੱਚ ਇਤਨਾ ਸਿਆਣਾ ਹੋ ਜਾਣਾ ਵੀ ਪਾਗਲਪਨ ਹੈ। ਮੈਨੂੰ ਐਸਾ ਮਹਿਸੂਸ ਹੁੰਦਾ, ਭੀੜ ਪਾਗਲਾਂ ਦੀ, ਸਿਆਣਾ ਤੂੰ ਇੱਕ। ਪਤਾ ਹੈ ਮਹਾਤਮਾ ਬੁੱਧ ਨੇ ਕੀ ਆਖਿਆ ਸੀ ਆਪਣੇ ਚਚੇਰੇ ਭਰਾ ਆਨੰਦ ਨੂੰ? ਆਨੰਦ, ਬਹੁਤ ਵੱਡੀ ਭੀੜ ਵਿੱਚ ਕੋਈ ਚੰਗੇ ਮਨੁੱਖ ਨਹੀਂ ਆਉਂਦੇ, ਔਰ ਚੰਗੇ ਮਨੁੱਖਾਂ ਦੀ ਜ਼ਮੀਨ 'ਤੇ ਕਦੀ ਭੀੜ ਨਹੀਂ ਆਉਂਦੀ, ਕਦੀ ਭੀੜ। ਸੂਤਰ ਹੈ ਇਹ, ਛੋਟਾ ਜਿਹਾ ਦਮ ਪਰਦਾ ਸੂਤਰ ਹੈ। ਆਨੰਦ ਚਚੇਰਾ ਬਿਰਾ ਸੀ, ਉਮਰ ਦੇ 'ਚ ਵੱਡਾ ਸੀ, ਚੇਲਾ ਬਣ ਗਿਆ ਸੀ। ਆਨੰਦ, ਬਹੁਤ ਵੱਡੀ ਭੀੜ ਦੇ 'ਚ ਕੋਈ ਚੰਗੇ ਮਨੁੱਖ ਨਹੀਂ ਆਉਂਦੇ, ਔਰ ਚੰਗੇ ਮਨੁੱਖਾਂ ਦੀ ਜ਼ਮੀਨ 'ਤੇ ਕਦੀ ਭੀੜ ਨਹੀਂ, ਕਦੀ ਭੀੜ ਨਹੀਂ। ਜ਼ੁਨੈਦ ਕਹਿੰਦਾ ਇਤਨੀ ਵੱਡੀ ਭੀੜ ਦੇ 'ਚ, ਪਾਗਲਾਂ ਦੀ ਭੀੜ ਦੇ 'ਚ ਇਤਨਾ ਸਿਆਣਾ ਹੋ ਜਾਣਾ ਵੀ ਮੈਨੂੰ ਇੰਜ ਲੱਗਦਾ ਹੈ ਜਿਵੇਂ ਪਾਗਲਪਨ ਹੈ, ਪਾਗਲਪਨ। ਗੁਨਾਹਗਾਰਾਂ ਦੀ ਭੀੜ ਦੇ 'ਚ ਇਤਨਾ ਸਵਾਬਸ਼ੀਲ ਹੋ ਜਾਣਾ ਵੀ ਮੈਨੂੰ ਇੰਜ ਲੱਗਦਾ ਜਿਵੇਂ ਇੱਕ ਗੁਨਾਹ ਹੋਵੇ, ਇੱਕ ਗੁਨਾਹ ਹੋਵੇ। ਇਹ ਜ਼ੁਨੈਦ ਕਹਿੰਦਾ ਭੀੜ ਪਾਗਲਾਂ ਦੀ ਹੈ, ਸਿਆਣਾ ਤੋਂ ਇੱਕ ਹੈ। ਭੀੜ ਗੁਨਾਹਗਾਰਾਂ ਦੀ ਹੈ, ਪੁਨੀਤ ਤੋਂ ਇੱਕ ਹੈ। ਮੈਂ ਨਹੀਂ ਬਚਾ ਸਕਦਾ, ਮੈਂ ਨਹੀਂ ਛੁੜਾ ਸਕਦਾ, ਮੈਨੂੰ ਦੁੱਖ ਹੈ, ਬਹੁਤ ਦੁੱਖ ਹੈ, ਲੇਕਿਨ ਮੈਂ ਇੱਥੇ ਆਇਆ ਦੁੱਖ ਪ੍ਰਗਟ ਕਰਨ ਲਈ ਨਹੀਂ, ਇੱਕ ਗਿਲਾ ਕਰਨ ਲਈ। ਮਨਸੂਰ ਕਹਿੰਦਾ ਮੇਰੇ ਮੁਰਸ਼ਦ ਕੀ ਗਿਲਾ ਹੈ, ਮੇਰੇ ਕੋਲ ਕਿਹੜੀ ਗਲਤੀ ਹੋਈ ਹੈ, ਤੁਹਾਨੂੰ ਕੀ ਗਿਲਾ ਹੈ? ਜ਼ੁਨੈਦ ਕਹਿੰਦਾ ਗਿਲਾ ਇਹ ਹੈ, ਤੂੰ ਖੁਦਾ ਦੀ ਕਸਮ ਚੁੱਕੀ ਸੀ, ਕਸਮੇ ਖੁਦਾ ਅਨਲ ਹੱਕ ਨਹੀਂ ਕਵਾਂਗਾ, ਪਰ ਤੂੰ ਆਖਿਆ, ਮੇਰੇ ਸਾਹਮਣੇ ਆਖਿਆ, ਭਰੀ ਮਹਿਫਿਲ ਦੇ 'ਚ ਆਖਿਆ, ਤੂੰ ਖੁਦਾ ਦੀ ਕਸਮ ਤੋੜੀ ਹੈ, ਇਹ ਕਿਉਂ ਕੀਤਾ, ਇਹ ਕਿਉਂ ਕੀਤਾ? ਬਸ ਮੈਂ ਇਹ ਗਿਲਾ ਕਰਨਾ ਹੈ, ਤੂੰ ਪੁਨੀਤ ਹੈ, ਤੂੰ ਮਹਾਨ ਹੈ, ਤੂੰ ਬਹੁਤ ਵੱਡਾ ਸਿਆਣਾ ਹੈ, ਦਾਨਿਸ਼ਮੰਦ ਹੈ, ਪਰ ਇੱਕ ਗਲਤੀ ਇਹ ਪਹਾੜ ਜੈਸੀ ਤੇਰੇ ਕੋਲ ਹੋਈ ਹੈ, ਤੂੰ ਖੁਦਾ ਦੀ ਕਸਮ ਚੁੱਕੀ ਹੈ ਅਤੇ ਫਿਰ ਅਨਲ ਹੱਕ ਆਖਿਆ। ਹੁਣ ਪਤਾ ਮਨਸੂਰ ਕੀ ਕਹਿੰਦਾ, ਮੇਰੇ ਮੁਰਸ਼ਦ ਮੈਂ ਅਨਲ ਹੱਕ ਨਹੀਂ ਆਖਿਆ, ਨਹੀਂ ਆਖਿਆ। ਮਨਸੂਰ ਤੇ ਪਤਾ ਨਹੀਂ ਕਦੋਂ ਦਾ ਮਿਟ ਗਿਆ, ਤੇ ਜੇ ਖੁਦਾ ਹੀ ਅਨਲ ਹੱਕ ਆਖਣ ਲੱਗ ਪਵੇ ਤਾਂ ਵਿਚਾਰਾ ਮਨਸੂਰ ਕੀ ਕਰੇਗਾ, ਮੈਂ ਨਹੀਂ ਆਖਿਆ, ਮੈਂ ਨਹੀਂ ਆਖਿਆ। ਕਹਿੰਦੇ ਜ਼ੁਨੈਦ ਨੇ ਆਪਣਾ ਸਿਰ ਮਨਸੂਰ ਦੇ ਕਦਮਾਂ ਤੇ ਰੱਖ ਦਿੱਤਾ, ਤੂੰ ਨਹੀਂ ਆਖਿਆ, ਵਾਕਈ ਖੁਦਾ ਤੇਰੇ ਅੰਦਰੋਂ ਬੋਲੇ, ਤੂੰ ਨਹੀਂ ਆਖਿਆ। ਜਲਾਦ ਨੇ ਭਾਈ ਮਨੀ ਸਿੰਘ ਦੇ ਪੈਰ ਕੱਟ ਦਿੱਤੇ ਨੇ, ਹੱਥ ਕੱਟ ਦਿੱਤੇ ਨੇ, ਗਰਦਨ ਦੀ ਵਾਰੀ
ਤੇ ਭਾਈ ਸਾਹਿਬ ਜਪਜੀ ਸਾਹਿਬ ਦਾ ਪਾਠ ਕਿਸੇ ਧੁੰਨ ਵਿੱਚ ਕਰ ਰਹੇ ਸਨ, ਮਸਤੀ ਦੇ ਵਿੱਚ। ਸਿਰਫ ਤਿੰਨ ਪੌੜੀਆਂ ਰਹਿੰਦੀਆਂ ਸਨ ਤੇ ਸਲੋਕ ਰਹਿੰਦਾ ਸੀ। ਭਾਈ ਸਾਹਿਬ ਬੋਲ ਪਏ, ਥੋੜ੍ਹੀ ਦੇਰ ਰੁਕ ਜਾ, ਇਹ ਮੇਰਾ ਪਾਠ ਪੂਰਾ ਹੋਣ ਲੈ, ਮੁਕੰਮਲ ਹੋਣ ਲੈਂਦੇ, ਕਿਉਂਕਿ ਜੀਵਨ ਇੱਕ ਸਾਜ਼ ਹੈ ਤੇ ਸਾਜ਼ ਨਾ ਰਿਹਾ ਤਾਂ ਮੈਂ ਉਹ ਪਾਠ ਨਹੀਂ ਕਰ ਸਕਾਂਗਾ। ਤੂੰ ਗਰਦਨ ਕੱਟਣੀ ਹੈ ਕੱਟ, ਪਰ ਥੋੜ੍ਹਾ ਜਿਹਾ ਰੁਕ ਜਾ। ਜਲਾਦ ਕਹਿੰਦਾ, ਮੈਨੂੰ ਇਜਾਜ਼ਤ ਨਹੀਂ ਇਸ ਤਰ੍ਹਾਂ ਦੀ, ਮੈਂ ਨਹੀਂ ਰੁਕ ਸਕਦਾ। ਵਾਰ ਕੀਤਾ, ਗਰਦਨ ਧੜ ਤੋਂ ਅਲੱਗ ਕਰ ਦਿੱਤੀ। ਕਵੀ ਸੰਤੋਖ ਸਿੰਘ ਜੀ ਗੁਰਪ੍ਰਤਾਪ ਦੇ ਲਿਖਦੇ ਨੇ, ਰੋਮ ਰੋਮ ਵਿੱਚ ਉੱਚੀ ਧੁਨ, ਸੂਰ ਜੋ ਹੈ ਸੂਰਜ ਪ੍ਰਕਾਸ਼ ਦੇ ਲਿਖਦੇ ਨੇ, ਜਪਜੀ ਸਾਹਿਬ ਦੀ ਉੱਚੀ ਉੱਚੀ ਧੁਨ ਰੋਮ ਰੋਮ ਵਿੱਚ ਨਿਕਲ ਰਹੀ ਸੀ। ਜਦ ਪਾਠ ਦਾ ਭੋਗ ਪਿਆ, ਆਖਰੀ ਪ੍ਰਾਣ ਤਾਂ ਗਿਆ। ਰੋਮ ਰੋਮ ਜੇ ਰਸਨਾ ਪਾਉ, ਇਸ ਤਰ੍ਹਾਂ ਦਾ ਮੈਂ ਸੁਣਿਆ ਔਰ ਇਤਿਹਾਸ ਦੇ ਵਿੱਚ ਵੀ ਹੈ। ਇਸ ਦਾ ਤਜਰਬਾ ਅਮੈਰੀਕਾ ਨੇ ਕੀਤਾ। ਐਸਾ ਜਾਨਵਰ ਉਹਨਾਂ ਨੇ ਸਮੁੰਦਰ ਤੋਂ ਪਕੜਿਆ ਜੋ ਬੰਦਰ ਦੀ ਤਰ੍ਹਾਂ ਮਨੁੱਖ ਦੀ ਨਕਲਾਂ ਕਰਦਾ। ਉਹਨੂੰ ਟ੍ਰੇਨਿੰਗ ਦਿੰਦੇ ਪਏ ਨੇ ਸਮੁੰਦਰ ਦੇ ਵਿੱਚ, ਉਹ ਗਸ਼ਤ ਲਾਏਗਾ, ਬਹੁਤ ਕੁਝ ਦੱਸਿਆ ਕਰੇਗਾ। ਮੈਂ ਤਾਂ ਪੇਪਰਾਂ 'ਚ ਪੜ੍ਹ ਕੇ ਦੰਗ ਰਹਿ ਗਿਆ। ਇੱਕ ਜਾਨਵਰ ਹੈ ਸੂਅਰ ਦੀ ਸ਼ਕਲ ਦਾ ਥੋੜ੍ਹਾ ਜਿਹਾ, ਲੇਕਿਨ ਮਨੁੱਖ ਦੀ ਨਕਲ ਕਰਦਾ ਹੈ। ਜੈਸਾ ਮਨੁੱਖ ਕਰੇ ਵੈਸਾ ਉਹ ਕਰਨ ਲੱਗ ਪੈਂਦਾ। ਰੱਬ ਦੀ ਨੇ ਉਹਨੂੰ ਪਕੜਿਆ, ਉਹਨੂੰ ਤਰ੍ਹਾਂ ਤਰ੍ਹਾਂ ਦੀ ਟ੍ਰੇਨਿੰਗ ਦਿੱਤੀ ਗਈ। ਉਸਦੀ ਬੋਲਣ ਦੀ ਆਦਤ ਬੜੀ ਹੈ, ਯਾਨੀ ਆਵਾਜ਼ ਕੱਢਣ ਦੀ, ਖੜਾ ਖੜਾ ਇੱਕ ਮਿੰਟ ਬਾਅਦ ਆਵਾਜ਼ ਕੱਢੇਗਾ, ਉੱਚੀ ਆਵਾਜ਼ ਕੱਢੇਗਾ। ਉਹਨਾਂ ਨੇ ਤਜਰਬਾ ਕੀਤਾ, ਇਹਦਾ ਮੂੰਹ ਬੰਦ ਕਰਦੇ ਹਾਂ, ਦੇਖਦੇ ਹਾਂ ਦੇ ਅੰਦਰ ਬੋਲਣ ਦਾ, ਇਹ ਕੂਕ ਕਰਨ ਦਾ, ਆਵਾਜ਼ ਕਰਨ ਦਾ ਕਿਤਨਾ ਜਜ਼ਬਾ ਹੈ, ਇਹ ਤੜਪਦਾ ਹੈ ਕਿ ਨਹੀਂ। ਮੂੰਹ ਕੱਸ ਕੇ ਬੰਨ ਦਿੱਤਾ ਗਿਆ। ਉਹਦੇ ਸਾਹਮਣੇ ਜਿਹੜੀ ਉਹਦੀ ਆਵਾਜ਼ ਸੀ ਜੋ ਰਿਕਾਰਡ ਕੀਤੀ ਗਈ ਸੀ, ਉਹ ਰਿਕਾਰਡ ਚਲਾਈ ਗਈ, ਟੇਪ ਚਲਾਈ ਗਈ। ਹੁਣ ਉਹ ਤੜਪਦਾ, ਕੋਸ਼ਿਸ਼ ਕਰਦਾ ਮੂੰਹ 'ਚੋਂ ਆਵਾਜ਼ ਕੱਢਣਾ, ਪਰ ਮੂੰਹ ਬੰਨਿਆ ਹੋਇਆ ਹੈ। ਉਹਦੇ ਰੋਂਗਟੇ ਖੜ੍ਹੇ ਹੋ ਗਏ ਸਰੀਰ ਦੇ, ਸਾਰੇ ਰੋਂਗਟਿਆਂ ਦੇ 'ਚੋਂ ਉਹ ਆਵਾਜ਼ ਆਉਣ ਲੱਗ ਪਈ। ਇੱਕ ਸਾਇੰਟਿਸਟ ਦਾ ਇਹ ਲੇਖ ਪੜ੍ਹ ਕੇ ਮੈਂ ਤਾਂ ਦੰਗ ਰਹਿ ਗਿਆ। ਫਿਰ ਗੱਲ ਸਪਸ਼ਟ ਹੋ ਗਈ, ਰੋਮ ਰੋਮ ਜੇ ਰਸਨਾ ਪਾਉ, ਗੁਰਮੁਖ ਰੋਮ ਰੋਮ ਹਰ ਦਿਆਵੇ। ਜਜ਼ਬੇ ਨਾਲ ਇਤਨਾ ਭਰ ਜਾਂਦਾ ਹੈ, ਇੱਕ ਜ਼ਬਾਨ ਛੋਟੀ ਪੈ ਜਾਂਦੀ ਹੈ, ਪਿੱਛੋਂ ਜਜ਼ਬੇ ਦਾ ਹੜ੍ਹ ਆ ਜਾਂਦਾ ਹੈ, ਇੱਕ ਜ਼ਬਾਨ ਨਾਲ ਉਹ ਧੁਨ ਕੱਢਣੀ ਔਖੀ ਹੋ ਜਾਂਦੀ ਹੈ, ਰੋਮ ਰੋਮ ਰਸਨਾ ਬਣ ਜਾਂਦੀ ਹੈ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਰੋਮ ਰੋਮ ਦੇ 'ਚੋਂ ਇਹ ਪਾਠ ਦੀ ਆਵਾਜ਼ ਜਾਰੀ ਸੀ, ਪਾਠ ਦਾ ਭੋਗ ਪਿਆ, ਭਾਈ ਸਾਹਿਬ ਦੇ ਸਰੀਰ ਦਾ ਅੰਤ ਹੋਇਆ। ਕਹਿਣ ਤੋਂ ਮੁਰਾਦ, ਐਸੇ ਪੁਰਸ਼ ਸਰੀਰ ਤੋਂ ਨਿਰਲੇ ਪਹੁੰਚ ਜਾਂਦੇ, ਐਸੇ ਮਨੁੱਖ ਸਰੀਰ ਦੇ ਹੁੰਦੇ ਹੋਇਆ ਸਰੀਰ ਨੂੰ ਰੱਖ ਕੇ ਵੀ ਕਿਧਰੇ ਭਰਮਣ ਕਰ ਸਕਦੇ ਨੇ। ਗੁਰੂ ਹਰ ਰਾਏ ਸਾਹਿਬ ਜੋ ਥੋੜ੍ਹਾ ਬਹੁਤ ਨਾਰਾਜ਼ ਹੋਏ ਬਾਬਾ ਰਾਮ ਰਾਏ 'ਤੇ, ਇੱਕ ਤੇ 72 ਕਰਾਮਾਤਾਂ ਉਸਨੇ ਔਰੰਗਜ਼ੇਬ ਨੂੰ ਦਿਖਾਈਆਂ, ਦੂਸਰਾ ਅਕਸਰ 5ਵੇਂ 10ਵੇਂ ਦਿਨ ਆਪਣੇ ਸੂਕਸ਼ਮ ਸਰੀਰ ਨੂੰ ਅਸਤੂਲ ਸਰੀਰ ਦੇ 'ਚੋਂ ਕੱਢ ਦਿੰਦੇ ਸਨ, ਚਲੇ ਜਾਂਦੇ ਸਨ। ਇਹਨੂੰ ਰਵਿਦਾਸ ਇੰਝ ਕਹਿੰਦੇ ਨੇ, ਜਿਉਂ ਜਿਉਂ ਸੈਰ ਕਰੇ ਤਿਉਂ ਬਾਵੇ,
ਮਹਿਰਮ ਮਹਿਲ ਨਾ ਕੋ ਅਟਕਾਵੇ, ਹਰ ਗ੍ਰਹਿ ਨਛੱਤਰ ਦੇ ਮੇਰੇ ਮਹਿਰਮ ਨੇ। ਮਹਿਰਮ ਕਹਿੰਦੇ ਨੇ ਆਪਣੇ। ਤਰਸ ਪਿਆ ਮੈਂ ਰਹਿਮਤ ਹੋਈ, ਜਿਹੜੇ ਸਾਰੇ ਪੜ੍ਹਦੇ ਨੇ, ਰਹਿਮਤ ਸ਼ਬਦ ਨਹੀਂ ਹੈ। ਤਰਸ ਪਿਆ ਮੈਂ ਰਹਿਮਤ ਹੋਈ, ਤਰਸ ਖਾਦਾ ਹੈ ਪਰਮਾਤਮਾ ਨੇ, ਪਰਮਾਤਮਾ ਸਾਡਾ ਆਪਣਾ ਹੋ ਗਿਆ। ਮਹਿਰਾਮਤ ਮਹਿਰਮ, ਤਰਸ ਪਿਆ ਮੈਂ ਰਹਿਮਤ ਹੋਈ, ਸਤਿਗੁਰ ਸੱਜਣ ਮਿਲੇ। ਮਹਿਰਮ ਮਹਿਲ ਨਾ ਕੋ ਅਟਕਾਵੇ, ਰਵਿਦਾਸ ਕਹਿੰਦੇ ਨੇ ਸਭ ਮੇਰੇ ਮਹਿਰਮ ਨੇ, ਮੈਨੂੰ ਕਿਸੇ ਵੀ ਗ੍ਰਹਿ ਨਛੱਤਰ ਦੇ ਜਾਣ ਵਿੱਚ ਅਟਕ ਨਹੀਂ ਹੈ। ਇਹ ਖੁਲਾਸਾ ਵੀ ਕਿਸੇ ਵਕਤ ਮੈਂ ਤੁਹਾਡੇ ਸਾਹਮਣੇ ਕਰਾਂਗਾ। ਸੂਖਸ਼ਮ ਸਰੀਰ ਕਿਧਰੇ ਦਾ ਕਿਧਰੇ ਜਾ ਸਕਦਾ ਹੈ। ਸ਼ੰਕਰਾਚਾਰੀਆ, ਆਦਿ ਸ਼ੰਕਰਾਚਾਰੀਆ, ਬਨਾਰਸ ਦਾ ਰਾਜਾ ਗੁਜ਼ਰਿਆ ਸੀ, ਆਪਣੇ ਸਰੀਰ ਦੇ ਚੋਂ ਸੂਖਸ਼ਮ ਸਰੀਰ ਕੱਢ ਕੇ ਉਹਦੇ 'ਚ ਪ੍ਰਵੇਸ਼ ਕੀਤਾ ਇੱਕ ਤਜਰਬੇ ਦੇ ਤੌਰ 'ਤੇ। ਲੰਬੀ ਚੌੜੀ ਬਹਿਸ ਹੋ ਰਹੀ ਸੀ ਮੰਡਨ ਮਿਸ਼ਰ ਨਾਲ, ਉਸ ਕਰਕੇ ਇੱਕ ਲੰਬਾ ਚੌੜਾ ਇਤਿਹਾਸ ਹੈ। ਅਕਸਰ ਸ਼ੰਕਰਾਚਾਰੀਆ ਵੀ ਇਸ ਤਰ੍ਹਾਂ ਕਰ ਲੈਂਦਾ ਸੀ। ਬਾਬਾ ਰਾਮ ਰਾਏ ਤੇ ਹਰ ਪੰਜਵੇਂ ਦਸਵੇਂ ਦਿਨ ਕਰ ਲੈਂਦੇ ਸੀ ਨਿਰਲੇਪ। ਇੱਕ ਦਿਨ ਪਤਨੀ ਨੂੰ ਕਹਿਣ ਲੱਗੇ, ਮੈਂ 7 ਦਿਨਾਂ ਬਾਅਦ ਆਵਾਂਗਾ, ਸ਼ਾਮ ਤੱਕ ਨਹੀਂ, ਜਿਵੇਂ ਮੈਂ ਘੰਟੇ 2 ਘੰਟੇ 'ਚ ਆ ਜਾਂਦਾ, ਇਸ ਤਰ੍ਹਾਂ ਨਹੀਂ, ਤੂੰ 7 ਦਿਨ ਤੱਕ ਮੇਰੇ ਸਰੀਰ ਦੀ ਸੰਭਾਲ ਰੱਖੀ। ਸੂਖਸ਼ਮ ਸਰੀਰ ਦਾ ਸੰਬੰਧ ਤੇ ਟੁੱਟ ਗਿਆ, ਉਹ ਨਹੀਂ ਹੈ, ਅਸਥੂਲ ਪਿਆ। ਮਸੰਦ ਜੋ ਹਾਰ ਖਾਂਦੇ ਸਨ ਰਾਮ ਰਾਏ ਤੋਂ ਤੇ ਸੋਚਦੇ ਸਨ ਇਹਦੇ ਹੁੰਦਿਆਂ ਗੁਰੂ ਬਣਨਾ ਸਾਡਾ ਬੜਾ ਔਖਾ ਹੈ, ਇਹਨੂੰ ਖਤਮ ਕਰੀਏ। ਤਾਂ ਪਤਾ ਕੀ ਹੈ, ਚਿਤਾ ਸਜਾ ਲਈ, ਅਰਥੀ ਬਣਾ ਲਈ ਤੇ ਲਿਟਾ ਦਿੱਤਾ ਰਾਮ ਰਾਏ ਨੂੰ। ਲੈ ਜਾਣ ਲੱਗੇ, ਪਤਨੀ ਰੋਂਦੀ ਪਈ ਹੈ, ਬਈ ਉਹਨਾਂ ਨੇ ਕਿਹਾ 7ਵੇਂ ਦਿਨ ਮੈਂ ਆ ਜਾਣਾ। ਉਹ ਇਸ ਤਰ੍ਹਾਂ ਕਰਦੇ ਆਉਂਦੇ ਨੇ, ਤੁਸੀਂ ਜ਼ਿੰਦਾ ਮਨੁੱਖ ਨੂੰ ਜਲਾ ਰਹੇ ਹੋ। ਉਹ ਤੜਪਦੀ ਰਹਿ ਗਈ, ਉਹ ਲੈ ਗਏ ਸ਼ਮਸ਼ਾਨ ਘਾਟ, ਅੱਗ ਲਾ ਦਿੱਤੀ, ਅੱਧਾ ਸਰੀਰ ਜਲ ਗਿਆ। ਉਦੋਂ ਸੂਖਸ਼ਮ ਸਰੀਰ ਵਾਪਸ ਆਇਆ, ਕਿਧਰੇ ਖਬਰ ਪਹੁੰਚ ਗਈ ਉਹਨਾਂ। ਪਰ ਹੁਣ ਸਰੀਰ ਰਹਿਣ ਦੇ ਲਾਇਕ ਨਹੀਂ ਰਿਹਾ ਸੀ, ਅੱਧੇ ਤੋਂ ਜ਼ਿਆਦਾ ਜਲ ਗਿਆ ਸੀ। ਫਿਰ ਵੀ ਸਰੀਰ ਦੇ 'ਚ ਪ੍ਰਵੇਸ਼ ਕਰਕੇ ਉੱਚੀ ਆਵਾਜ਼ ਨਾਲ ਬੋਲੇ ਰਾਮ ਰਾਏ, ਐ ਮਸੰਦੋ, ਤੁਸੀਂ ਮੈਨੂੰ ਜ਼ਿੰਦਾ ਜਲਾਇਆ, ਕਲਗੀਧਰ ਤੁਹਾਨੂੰ ਜ਼ਿੰਦਾ ਜਲਾਏਗਾ। ਇਹ ਇਤਿਹਾਸ ਹੈ। ਇਹ ਗੁਰੂ ਗੋਬਿੰਦ ਸਿੰਘ ਨੇ ਉਹਨਾਂ ਹੀ ਮਸੰਦਾਂ ਨੂੰ ਡੇਰਾਦੂਨ ਦੇ ਜ਼ਿੰਦਾ ਜਲਾਇਆ। ਦੁਸ਼ਟ ਹੋ ਗਏ ਸਨ, ਬੜੇ ਜ਼ਾਲਮ ਹੋ ਗਏ ਸਨ। ਰਾਮ ਰਾਏ ਅਕਸਰ ਇਸ ਤਰ੍ਹਾਂ ਜੋ ਹੈ ਕਰਦਾ ਹੁੰਦਾ ਸੀ, ਨਿਰਲੇਪ ਹੋ ਜਾਂਦਾ ਸੀ। ਇਸ ਤਰ੍ਹਾਂ ਦੇ ਪੁਰਸ਼ ਸਰੀਰ ਦੇ ਕਸ਼ਟ ਤੋਂ ਵੀ ਨਿਰਲੇਪ ਹੋ ਜਾਂਦੇ, ਕਿਉਂਕਿ ਸਰੀਰ ਨਾਲ ਸੰਬੰਧ ਨਹੀਂ ਰਹਿ ਜਾਂਦਾ। ਮਨਸੂਰ ਨੂੰ ਸੂਲੀ 'ਤੇ ਚਾੜਿਆ ਜਾ ਰਿਹਾ, ਮੁਸਕੁਰਾਉਂਦਾ ਹੀ ਰਿਹਾ। ਬੰਦ ਬੰਦ ਕੱਠੇ ਜਾ ਰਹੇ ਨੇ ਮਨ ਹੀ ਸਿੰਘ ਦੇ, ਪਾਠ ਕਰਦੇ ਰਹੇ, ਪਾਠ ਕਰਦੇ ਰਹੇ। ਉਬਲਦੀ ਦੇਗ ਦੇ 'ਚ ਬੈਠੇ ਨੇ, ਤੱਤੀ ਤਵੀ 'ਤੇ ਬੈਠੇ ਨੇ ਗੁਰੂ ਅਰਜਨ ਦੇਵ ਜੀ। ਕਹਿੰਦੇ ਆ ਗਿਆ ਮੈਂ ਭੂਖ, ਸੋਈ ਕਰ ਸੂਖਾ, ਸੋਗ ਹਰਖ ਨਹੀਂ ਜਾਣਿਓ, ਜੋ ਜੋ ਹੁਕਮ ਬਯੋ ਸਾਹਿਬ ਕਾ, ਸੋ ਮਾਥੇ ਲੈ ਮਾਨਿਆ। ਜਿਤਨੇ ਚਿਰ ਤੱਕ ਇਸ ਸਰੀਰ ਦੇ ਨਾਲ ਲਿਪਾਏ ਮਾਨ ਹੈ ਮਨੁੱਖ, ਇਹ ਸਰੀਰ ਮਿਲਦਾ ਰਹੇਗਾ, ਮਿਲਦਾ ਰਹੇਗਾ। ਜੁਗ ਜੁਗ ਮੇਰ ਸਰੀਰ ਕਾ, ਵਾਸ਼ਨਾ ਬੱਦਾ ਆਵੇ ਜਾਏ, ਤੇ ਦੁੱਖ ਸੁੱਖ ਦੇ 'ਚ ਜਨਮ ਬਤੀਤ ਕਰਦਾ ਰਹੇਗਾ। ਜੰਮੇਗਾ ਮਰੇਗਾ ਤਰ੍ਹਾਂ ਤਰ੍ਹਾਂ, ਦੁੱਖ ਭੋਗੇਗਾ ਸੁੱਖ ਵੀ ਭੋਗੇਗਾ, ਕਦੀ ਦਿਨ ਤੇ ਕਦੀ ਰਾਤ। ਜਨਮ ਮਰਨ ਤੋਂ ਉਸ ਦਿਨ ਰਹਿਤ ਹੋਵੇਗਾ ਕਦੋਂ, ਜੋਤੀ ਜੋਤ ਰਲੀ,
ਜਿਸ ਦਿਨ ਸੂਖਸ਼ਮ ਸਰੀਰ ਜੋ ਜੋਤ ਹੈ ਪਰਮਾਤਮਾ ਦੇ ਚਲੀਨ ਹੋ ਜਾਏਗਾ, ਉਸ ਤੋਂ ਪਹਿਲੇ ਨੇ ਇਹ ਚੱਲਦਾ ਰਹੇਗਾ। ਭਾਰਤ ਵਿੱਚ ਸਭ ਤੋਂ ਵੱਡਾ ਦੁੱਖ ਜਨਮ ਨੂੰ ਮੰਨਦੇ ਨੇ ਅਤੇ ਮਰਨ ਨੂੰ ਮੰਨਦੇ ਨੇ, ਬਾਕੀ ਸਾਰੇ ਦੁੱਖ ਜਨਮ ਮਰਨ ਦੇ ਵਿਚਕਾਰ ਨੇ। ਸਭ ਤੋਂ ਵੱਡਾ ਦੁੱਖ ਜਨਮ, ਜਮ ਜਮ ਮਰੇ, ਮਰੇ ਫਿਰ ਜੰਮੇ, ਬਹੁਤ ਸਜ਼ਾ ਹੈ ਪਿਆ ਦੇ ਸਲੰਮੇ, ਬਹੁਤ ਵੱਡੀ ਸਜ਼ਾ ਮਿਲ ਗਈ ਕਿ ਜੰਮਦਾ ਹੈ ਮਰਦਾ ਹੈ, ਜੰਮਦਾ ਹੈ ਮਰਦਾ ਹੈ। ਪ੍ਰਭ ਜਨਮ ਮਰਨ ਨਿਵਾਰ, ਹਾਰ ਪਰੇ ਉਹ ਦੁਆਰ, ਇਹ ਉਦੋਂ ਆਉਂਦਾ ਹੈ ਜਦ ਧੁਨ ਨਾਭੀ ਤੱਕ ਪਹੁੰਚਦੀ ਹੈ, ਨਾਫ ਪੂਰੀ ਖੁੱਲ੍ਹ ਜਾਂਦੀ ਹੈ, ਸਰੀਰ ਜ਼ਿੰਦਾ ਰਹਿੰਦਾ ਹੈ, ਵਾਸ਼ਨਾਵਾਂ ਦੀ ਮੌਤ ਹੋ ਜਾਂਦੀ ਹੈ, ਕਾਮਨਾਵਾਂ ਦੀ ਮੌਤ ਹੋ ਜਾਂਦੀ ਹੈ, ਚਿੰਤਾਵਾਂ ਦੀ ਮੌਤ ਹੋ ਜਾਂਦੀ ਹੈ, ਪਾਪਾਂ ਦੀ ਮੌਤ ਹੋ ਜਾਂਦੀ ਹੈ, ਦੁੱਖਾਂ ਦੀ ਮੌਤ ਹੋ ਜਾਂਦੀ ਹੈ। ਇਹ ਮਨ ਜੋਤ ਸਰੂਪ ਜੋਤ ਦੇ ਚਲੀਨ ਹੋ ਜਾਂਦਾ ਹੈ, ਜੋਤੀ ਜੋਤ ਰਲੀ ਸੰਪੂਰਨ ਥਿਆ ਆਰਾਮ, ਯਾਤਰਾ ਸੰਪੂਰਨ ਹੋ ਜਾਂਦੀ ਹੈ, ਸੰਸਾਰ 'ਤੇ ਆਇਆ ਸਫਲ ਹੋ ਜਾਂਦਾ, ਸਰੀਰ ਦੇ ਤਲ 'ਤੇ ਜ਼ਿੰਦਾ ਹੈ ਪਰ ਮੁਕਤ ਹੋ ਗਿਆ। ਪ੍ਰਭ ਕੀ ਆ ਗਿਆ ਆਤਮ ਹਿਤਾਵੇ, ਜੀਵਨ ਮੁਕਤ ਸੌ ਕਹਾਵੇ। ਸਾਨੂੰ ਪ੍ਰਭੂ ਨੇ ਨਾਫ ਦਿੱਤੀ ਹੈ, ਪਵਨ ਦਿੱਤੀ ਹੈ, ਇਸ ਪਵਨ ਦੇ ਨਾਲ ਵਾਹਿਗੁਰੂ ਵਾਹਿਗੁਰੂ ਦੀ ਧੁਨ ਅਲਾਪ ਸਕਦੇ ਹਾਂ ਅਤੇ ਧਿਆਨ ਕਰਕੇ ਇਸ ਧੁਨ ਨੂੰ ਵਾਪਸ ਲੈ ਜਾ ਸਕਦੇ ਹਾਂ ਔਰ ਗਹਿਰਾਈ ਨਾਲ ਸੁਣ ਸਕਦੇ ਹਾਂ। ਜਿਸ ਦਿਨ ਇਹ ਆਪਣੇ ਕੇਂਦਰ 'ਤੇ ਧੁਨ ਚਲੀ ਗਈ, ਜਨਮ ਮਰਨ ਮਿਟ ਜਾਣਗੇ, ਮਨੁੱਖ ਨਿਰਲੇਪ ਹੋ ਜਾਏਗਾ, ਸੂਖਸ਼ਮ ਦਾ ਸੰਬੰਧ ਅਸਥੂਲ ਨਾਲ ਟੁੱਟ ਜਾਏਗਾ। ਇਤਨੀਆਂ ਸੇਵਾਵਾਂ ਇਸ ਵਕਤ ਪ੍ਰਵਾਨ ਕਰਨੀਆਂ। ਸਾਰਿਆਂ ਦਾ ਧੰਨਵਾਦ। ਬੁੱਲ ਚੁੱਕ ਦੀ ਸ਼ਮਾ।